ਤਸਵੀਰਾਂ ਖਿੱਚ ਕੇ ਕ੍ਰਿਸ਼ਨ ਚੰਦ ਨੂੰ ਬਲੈਕਮੇਲ ਕਰਨ ਦੇ ਮਾਮਲੇ ਦੇ ਵਿੱਚ ਬੱਸੀ ਪਠਾਣਾ ਪੁਲਿਸ ਦੇ ਵੱਲੋਂ ਪਤੀ ਪਤਨੀ ਸੰਦੀਪ ਕੌਰ ਅਤੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਦੋ ਲੋਕਾਂ ਦੀ ਅਜੇ ਤਲਾਸ਼ ਕੀਤੀ ਜਾ ਰਹੀ ਹੈ। ਦਰਅਸਲ ਬੱਸੀ ਪਠਾਣਾ ਦੇ ਥਾਣੇਦਾਰ ਨਰਪਿੰਦਰ ਪਾਲ ਸਿੰਘ, ਜਿਨ੍ਹਾਂ ਦਾ ਇਹ ਕਹਿਣਾ ਕਿ ਕ੍ਰਿਸ਼ਨ ਚੰਦ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਦੱਸਿਆ ਸੀ ਕਿ ਇੱਕ ਲੜਕੀ ਦੇ ਵੱਲੋਂ ਦੁਕਾਨ ਤੋਂ ਕੱਪੜੇ ਖਰੀਦਣ ਦੇ ਬਾਅਦ ਇਹ ਗੱਲ ਆਖੀ ਗਈ ਸੀ ਕਿ ਮੈਂ ਬਿਮਾਰ ਹਾਂ ਤਾਂ ਤੁਸੀਂ ਆਪਣਾ ਬਾਕੀ ਪੈਸਾ ਸਾਡੇ ਘਰ ਆ ਕੇ ਲੈ ਲਿਓ। ਤਾਂ ਇਸ ਤੋਂ ਬਾਅਦ ਉਸ ਨੂੰ ਘਰ ਬੁਲਾਇਆ ਜਾਂਦਾ ਹੈ ਅਤੇ ਉੱਥੇ ਲੜਕੀ ਦੇ ਵੱਲੋਂ ਜਦ ਘਰ ਬੁਲਾਇਆ ਗਿਆ ਤਾਂ ਉੱਥੇ ਮੌਜੂਦ ਲੜਕੀ ਸਮੇਤ ਚਾਰ ਲੋਕਾਂ ਦੇ ਵੱਲੋਂ ਉਸ ਨੂੰ ਜਬਰਨ ਲੁੱਟ ਲਿਆ ਗਿਆ। ਦੱਸਿਆ ਜਾ ਰਿਹਾ ਕਿ ਆਪੱਤੀਜਨਕ ਤਸਵੀਰਾਂ ਵੀ ਜਿਹੜੀਆਂ ਉਸਦੀਆਂ ਖਿੱਚੀਆਂ ਗਈਆਂ ਨੇ, ਜਿਸ ਤੋਂ ਬਾਅਦ ਉਸਨੂੰ ਬਲੈਕਮੇਲ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜੇਕਰ 2 ਲੱਖ ਰੁਪਏ ਨਹੀਂ ਦਿੱਤੇ ਗਏ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਕਰ ਦਿੱਤੀਆਂ ਜਾਣਗੀਆਂ। ਇਸ ਨੂੰ ਲੈ ਕੇ ਉਕਤ ਵਿਅਕਤੀ ਕ੍ਰਿਸ਼ਨ ਚੰਦ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਤਾਂ ਉੱਥੇ ਦੱਸ ਦਈਏ ਕਿ ਬੱਸੀ ਪਠਾਣਾ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਾਡੇ ਕੋਲ ਮਤਲਬ ਇਨਫੋਰਮੇਸ਼ਨ ਆਈ ਸੀ, ਸਾਡੇ ਕੋਲ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੇਵ ਨਗਰ ਮਰਿੰਡਾ ਜ਼ਿਲ੍ਹਾ ਰੂਪਨਗਰ, ਜਿਹੜਾ ਕਿ ਇੱਥੇ ਨਗਾਮੇ ਕੱਪੜੇ ਦੀ ਦੁਕਾਨ ਕਰਦਾ, ਅਤੇ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸੁਰਜੀ ਲੜਕੀ ਸੀ ਜਿਹੜੀ ਉਹਦੀ ਦੁਕਾਨ 'ਤੇ ਆਈ, ਕੱਪੜੇ ਲੈ ਕੇ ਗਈ ਸੀ। ਕੱਪੜੇ ਲਿਜਾ ਕੇ ਉਹਨੇ 25,000 ਦੇ ਕੱਪੜੇ ਲੈ ਕੇ ਗਈ ਸੀ ਅਤੇ ਜਿਹਦੇ ਵਿੱਚੋਂ 5,000 ਰੁਪਏ ਦੇ ਗਈ ਸੀ, 20,000 ਰੁਪਏ ਉਹਨੂੰ ਦਿੱਤਾ ਨਹੀਂ ਸੀ। ਉਹਨੂੰ 2-3 ਵਾਰ ਲੜਕੀ ਨੇ ਆਪਣੇ ਘਰ ਬੁਲਾ ਲਿਆ ਸੀ, ਕ੍ਰਿਸ਼ਨ ਚੰਦ ਨੂੰ ਵੀ ਤੁਸੀਂ ਵੀ ਮਰਿੰਡੇ ਦੇ ਰਹਿਣ ਵਾਲੇ ਹੋ, ਵੀ ਸਾਡਾ ਮਤਲਬ ਮੈਂ ਬਿਮਾਰ ਹਾਂ, ਮੇਰੇ ਤੋਂ ਜਾਂਦਿਆਂ ਦੇ ਪੈਸੇ ਫੜ ਲੈ ਜਾਓ। ਅਤੇ ਉਹ ਕ੍ਰਿਸ਼ਨ ਚੰਦ ਉਹਦੇ ਤੋਂ ਪੈਸੇ ਫੜਨ ਚਲਾ ਗਿਆ। ਪੈਸੇ ਜਦੋਂ ਫੜਨ ਗਿਆ, ਉਹਨਾਂ ਨੇ ਉਸਦੀ ਲੜਕੀ ਨੇ ਅਤੇ ਲੜਕੇ ਦੇ ਘਰ ਵਾਲੇ ਨੇ, ਸੰਦੀਪ ਕੌਰ ਲੜਕੀ ਆ ਅਤੇ ਉਹਦਾ ਘਰ ਵਾਲਾ ਜਿਹੜੀ ਕਿ ਮਹੇਸ਼ਪੁਰੇ ਰਹਿਣ ਵਾਲੀ ਆ ਅਤੇ ਹਾਲ ਵਾਸੀ ਕਿਰਾਏਦਾਰ ਮਰਿੰਡਾ ਰਹਿੰਦੀ ਆ ਜੀ, ਅਤੇ ਜਿਹੜਾ ਉਹਦਾ ਘਰ ਵਾਲਾ ਹੈ ਸਰ, ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਉਹਦੇ ਕੱਪੜੇ ਉਤਰਵਾ ਕੇ, ਦੋ ਵਿਅਕਤੀ ਇਹਨਾਂ ਦੇ ਨਾਲ ਹੋਰ ਸੀਗੇ ਜੀ, ਅਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨਗਨ ਤਸਵੀਰਾਂ ਖਿੱਚ ਲਈਆਂ ਅਤੇ ਉਸਨੂੰ ਡਰਾ ਕੇ ਬਲੈਕਮੇਲ ਕਰਨ ਲੱਗ ਗਏ ਅਤੇ ਉਸ ਤੋਂ ਪੈਸਿਆਂ ਦੀ ਡਿਮਾਂਡ ਕਰਨ ਲੱਗ ਗਏ। ਉਹਦੇ ਤੋਂ 2 ਲੱਖ ਰੁਪਇਆ ਮੰਗਣ ਲੱਗ ਪਏ, ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ 'ਤੇ ਪਾ ਦਾਂਗੇ, ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ। ਜਿਸ ਅਤੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਗਾਈ, ਅਸੀਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 47 MT 20524 ਅੰਡਰ ਸੈਕਸ਼ਨ 342 343 386 387 IPC ਦਰਜ ਰਜਿਸਟਰ ਕੀਤਾ ਜੀ, ਰਜਿਸਟਰ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ, 2 ਦੋਸ਼ੀਆਂ ਨੂੰ, ਅਤੇ ਜਿਹੜੇ 2 ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਏ ਅਕਿਊਜ਼ ਨੋਮੀਨੇਟ ਕਰ ਲਏ। ਇੱਕ ਗੁਰਿੰਦਰ ਸਿੰਘ ਹੈਗਾ, ਉਹ ਬੜਵਾਲੇ ਪਿੰਡ ਦਾ ਹੈਗਾ ਸਾਡਾ ਇੱਥੇ, ਅਤੇ ਇੱਕ ਉਹਦੀ ਪਤਨੀ ਹੈਗੀ ਰੋਜ਼ੀ, ਉਹ ਬੇਸਿਕਲੀ ਮਰਿੰਡੇ ਦੀ ਹੈਗੀ ਆ, ਬਾਜੀਗਰ ਬਸਤੀ ਦੀ, ਅਤੇ ਉਹ ਇੱਥੇ ਇਹਦੇ ਨਾਲ ਇਹਨੇ ਲਵ ਮੈਰਿਜ ਕਰਵਾਈ ਹੋਈ ਆ, ਜਿਹੜਾ ਬਟਵਾਲੇ ਦਾ ਲੜਕਾ ਹੈ। ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ। ਗ੍ਰਿਫਤਾਰ ਸਾਡੇ ਕੋਲ ਇਹ ਜਿਹੜਾ ਹੈਗਾ ਲੜਕੀ ਸੰਦੀਪ ਕੌਰ ਅਤੇ ਇਸਦਾ ਪਤੀ ਜੀ ਸੁਰਜੀਤ ਸਿੰਘ ਜੀ, ਇਹ ਹਾਂਜੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ, ਜੋ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਨੇ ਜੀ। ਇਹ ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਹੋਇਆ ਜੀ। ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਜੀ, ਪਾਰਟ ਆਫ ਇਨਵੈਸਟੀਗੇਸ਼ਨ, ਅਸੀਂ ਉਹ ਵੀ ਤੁਹਾਨੂੰ ਦੱਸ ਦਾਂਗੇ ਜੀ। 2 ਲੱਖ ਦੀ ਗੱਲ ਹੋਈ ਸੀ, ਉਹਨੇ ਦੇ ਦਿੱਤੇ ਸੀ ਸਟੈਪ? ਨਹੀਂ ਨਹੀਂ, ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੀ ਦੁਕਾਨ ਤੋਂ ਆ ਕੇ 10,000 ਰੁਪਏ ਇੱਕ ਵਾਰ ਲੈ ਕੇ ਗਏ ਨੇ, ਅਤੇ ਉਹ ਕਹਿੰਦੇ ਵੀ ਸਾਡੇ ਕੋਲੋਂ ਤੁਰੰਤ ਹੁਣੇ ਪੈਸੇ ਦੇ, ਉਹ ਕਹਿੰਦੇ ਮੇਰੇ ਅਕਾਊਂਟ 'ਚ ਪਏ ਨੇ, ਅਤੇ ਜਦੋਂ ਉਹਦੇ ਅਕਾਊਂਟ 'ਚੋਂ ਉਹ ਕਹਿੰਦੇ ਸਾਨੂੰ ਗੂਗਲ ਟ੍ਰਾਂਸਫਰ ਕਰ ਦੇ, ਉਹ ਗੂਗਲ ਟ੍ਰਾਂਸਫਰ ਕੀਤਾ, 2,000 ਤੋਂ ਵੱਧ ਨਹੀਂ ਹੋਏ, ਉਹ 2,000 ਰੁਪਇਆ ਗੂਗਲ ਟ੍ਰਾਂਸਫਰ ਕਰਤਾ, ਅਤੇ ਉਸ ਤੋਂ ਵੱਧ ਹੋਏ ਨਹੀਂ ਸੀ। ਉਹ ਕਹਿੰਦੇ ਵੀ ਮੈਂ ਤੁਹਾਡੇ ਅਕਾਊਂਟ 'ਚ ਪਾ ਦੂੰਗਾ ਜਾਂ ਮੈਂ ਤੁਹਾਨੂੰ, ਤੁਸੀਂ ਦੁਬਾਰਾ ਆ ਜਾਓ, ਮੈਂ ਤੁਹਾਨੂੰ ਦੁਬਾਰਾ ਦੇ ਦੂੰਗਾ। ਸਰ ਵੈਰੀਫਾਈ ਕਿਵੇਂ ਹੋਇਆ ਵੀ ਇਹ ਸ਼ਿਕਾਇਤ ਕਰਤਾ ਜੋ ਹੈ ਇਹ ਸੱਚ ਬੋਲ ਰਿਹਾ?
ਕ੍ਰਿਸ਼ਨ ਚੰਦ ਉਹ ਸੀ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਰਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਨੂੰ ਸ਼ਿਕਾਇਤਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ 'ਚ ਉਹਨਾਂ ਦੀਆਂ ਰਿਕਾਰਡਿੰਗਾਂ ਆ ਗਈਆਂ, ਉਹਨਾਂ ਨੇ ਐਡਮਿਟ ਕਰ ਲਿਆ, ਉਹਨਾਂ ਸਾਡੇ ਕੋਲ ਕਨਫੈਸ ਕੀਤਾ ਵੀ ਇਹ ਜਿਹੜੀ ਅਸੀਂ ਇਹਨੂੰ ਧਮਕੀਆਂ ਦਿੰਦੇ ਸੀ ਤੋਂ ਪੈਸੇ ਠੱਗਣਾ ਚਾਹੁੰਦੇ ਸੀਗੇ, ਉਹ ਕਹਿੰਦੇ ਅਸੀਂ ਆਪਣੇ ਫੋਨ ਤੋਂ ਇਹਨੂੰ ਕਾਲ ਰਿਕਾਰਡ ਕੀਤੀਆਂ ਅਤੇ ਸਾਸੀ ਜਿਹੜਾ ਹੈਗਾ ਦੋਸ਼ੀ ਸੁਰਜੀਤ ਸਿੰਘ ਫੜਿਆ। ਸੁਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ 'ਤੇ ਜਿਹੜੀਆਂ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੀਆਂ ਇਹਦੇ ਫੋਨ 'ਤੇ ਕਾਲਾਂ ਕੀਤੀਆਂ ਗਈਆਂ ਸੀ।